ਫਰੈਸ਼ ਹੋ ਕੇ ਬਹਿਣਾ ਚਾਹੀਦਾ। ਕੱਲ ਬੰਦੇ ਨੂੰ ਪੁੱਛੋ ਇਹ ਤਾਂ ਵਾ ਹੁਸੈਨ ਦਾ ਸਦਕਾ, ਹਾਂ ਇਹ ਤਾਂ ਵਾ ਹੁਸੈਨ ਦਾ ਸਦਕਾ, ਪਤਾ ਲੱਗਣਾ ਵੀ ਮਸਜਿਦ ਦੇ ਨੇੜੇ ਹਰ ਕਿਹਦਾ ਕਿਹਦਾ ਮਸਜਿਦ ਦੇ ਨੇੜੇ ਹੁਸੈਨ ਦਾ ਸਦਕਾ, ਅੱਲਾਹੂ ਅੱਲਾਹੂ ਦੀਆਂ ਹਰ ਜਾ, ਇਹ ਸਦਾਵਾਂ ਹੁਸੈਨ ਦਾ ਸਦਕਾ। ਨਾ ਮੰਨ ਤੇਰੀ ਮਰਜ਼ੀ, ਤੇਰੇ ਵੱਡੇ ਨਹੀਂ ਮੰਨੇ, ਤੂੰ ਵੀ ਨਾ ਮੰਨ, ਸਾਨੂੰ ਕਿਹੜਾ ਫਰਕ ਹੈ। ਸਾਡਾ ਬੰਦੇ ਸ਼ੀਆ ਕਰਨ ਦਾ ਪਰ ਆਰਾਮ ਹੀ ਕੋਈ ਨਹੀਂ, ਨਾ ਨਾ ਜਿਹੜੇ ਅੱਗੇ ਬੈਠੇ ਨੇ ਇਹਨੂੰ ਸੰਭਾਲ ਲਈਏ, ਬੜੀ ਗੱਲ ਹੈ, ਸਾਨੂੰ ਕਿਹੜੀ ਲੋੜ ਇਸ, ਤੈਨੂੰ ਆਖੀ ਸ਼ੀਆ ਹੋ ਜਾ। ਲੇਕਿਨ ਇੱਕ ਗੱਲ ਤਾਂ ਸੁਣ, ਮੈਂ ਬਾਰ ਬਾਰ ਪਿਆਦਾ, ਇਹ ਸਦਾਵਾਂ ਹੁਸੈਨ ਬੰਦੇ ਅਲਮ ਦੇ ਤਲੇ ਜਾਣਾ, ਝੁਕਣਾ, ਮੰਗਣਾ ਸਵਾਬ ਸਮਝਦੇ ਹੋ, ਉਹ ਬੰਦਾ ਮੇਰੇ ਨਾਲ ਬੋਲੇ। ਜਿਹੜਾ ਬੰਦਾ ਇਵੇਂ ਫਾਰਮੈਲਿਟੀ ਪੂਰੀ ਕਰਦੇ ਉਸ ਬੰਦੇ ਨੂੰ ਵਸਤ ਹੈ, ਅਬਾਸ ਦਾ ਹੀ ਉਹ ਬੰਦਾ ਇਹਦੇ ਬਾਅਦ ਅਲਮ ਦੇ ਤਲੇ ਨਾ ਜਾਵੇ। ਜਿਹੜਾ ਆਖੇ ਮੈਨੂੰ ਗਾਜ਼ੀ ਅਬਾਸ ਦੀ ਅਜ਼ਮਤ ਸਮਝ ਆਈ, ਮੈਂ ਨਹੀਂ ਬੋਲਿਆ, ਤੂੰ ਜਾਣਨ ਮਾਂ ਵਾਲਾ ਜਾਣੇ। ਸਪੀਕਰ ਤੇ ਖੜੋ ਕਿ ਮੈਂ ਬਾਰ ਬਾਰ ਪਿਆਦਾ, ਬਸ ਹੁਸੈਨ ਗਾਜ਼ੀਆਬਾਦ ਦਾ ਦੌੜ ਆਲਮ,
ਰਾਧੀਆਂ ਪਾਸ ਦਾ ਹੁਸੈਨ ਦਾ ਸਦਕਾ ਇਮਾਮ ਹੁਸੈਨ ਤੁਹਾਨੂੰ ਮਸਜਿਦ ਰੱਖੇ ਸਖੀ ਬਾਦਸ਼ਾਹ ਤੁਹਾਨੂੰ ਕਿਸੇ ਦਾ ਮੁਹਤਾਜ ਨਾ ਕਰੇ ਨਲੈਣ ਭਾਈ ਤੋਂ ਲੈ ਕੇ ਜਿੱਥੇ ਜਿੱਥੇ ਮੇਰੀ ਆਵਾਜ਼ ਜਾ ਰਹੀ ਹੈ ਕਮਾਲੀਆ ਬੜੀ ਦੂਰ ਦੂਰ ਤੋਂ ਅਦਾਦਾਰ ਇੱਕ ਅਪੀਲ ਮੈਂ ਕਰਨੀ ਹੈ ਰਿਕੁਐਸਟ ਕਰਨੀ ਹੈ ਅਰਜ਼ ਕਰਨੀ ਹੈ ਔਰ ਸਿਰਫ ਮਾਤਮੀ ਮੌਲਵੀ ਸਾਹਿਬ ਸਿਰਫ ਮਾਤਮੀ ਨਾਲ ਕਰਨੀ ਹੈ ਵੇਖੋ ਮਾਤਮੀ ਕੌਣ ਕੌਣ ਬੋਲਦਾ ਕੌਣ ਨਹੀਂ ਬੋਲਦਾ ਇਸ ਗੱਲ ਨੂੰ ਸਮਝਣਾ ਬੜੀ ਮੁਸ਼ਕਲ ਬਾਤ ਹੈ ਕੋਲੋਂ ਕੋਸ਼ਿਸ਼ ਕਰਦਾ ਸਮਝਾ ਸਕਾਂ ਬਾਰ ਬਾਰ ਪਿਆਦਾ ਬਸ ਹੁਸੈਨ ਜਿੰਨਾ ਦਾ